ਅਭੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਾਈ ਸਤਿ ਸ਼੍ਰੀ ਅਕਾਲ। ਉਮੀਦ ਹੈ ਤੁਸੀਂ ਸਾਰੇ ਠੀਕ ਹੋਗੇ। ਮੈਂ ਤੁਹਾਡਾ ਛੋਟਾ ਭਰਾ ਅੰਮ੍ਰਿਤਪਾਲ ਸਿੰਘ ਬੱਬੂ ਤੇ ਇਸ ਵਾਰ ਖੜੇ ਬਈ ਤਲਵੰਡੀ ਸਾਬੋ ਟਰੈਕਟਰਾਂ ਦੀ ਮੰਡੀ ਤੇ। ਤੇ ਬਾਈ ਆਪਣੇ ਨਾਲ ਸਾਰੀ ਗੱਲਬਾਤ ਕਰਾਂਗੇ, ਕਿੰਨੇ ਟਰੈਕਟਰ ਲੈ ਗਿਆ, ਕੀ ਕੰਡੀਸ਼ਨ ਹੈ, ਕੀ ਮਾਡਲ ਨੇ, ਵੀਡੀਓ ਚ ਬਣੇ ਰਹੋ। ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ ਬਾਈ ਜੀ। ਠੀਕ ਹੈ ਬਾਈ ਜੀ। ਠੀਕ ਹੈ ਬਾਈ ਜੀ, ਵਧੀਆ। ਨਾਮ ਤੇ ਮੋਬਾਈਲ ਨੰਬਰ ਕੀ ਹੈ ਬਾਈ ਜੀ? ਮੇਰਾ ਨਾਮ ਜੀ ਜਸਵੀਰ ਸਿੰਘ ਹੈ ਜੀ। ਫੋਨ ਨੰਬਰ ਹੈਗਾ ਜੀ ਮੇਰਾ 70094-70255। ਇੱਕ ਵਾਰੀ ਹੋਰ ਬੋਲੋ। ਹਾਂ ਜੀ, 70094-70255। ਠੀਕ ਹੈ ਜੀ। ਤੇ ਜਿਹੜੇ ਉੱਚੇ ਮਾਡਲ ਨੇ 12 ਮਾਡਲ ਤੋਂ ਉੱਪਰ ਲੋਨ ਵਗੈਰਾ ਹੋਇਆ ਨੇ? ਲੋਨ ਵਗੈਰਾ ਹੋ ਜੂਗਾ ਜੀ ਉੱਚੇ ਮਾਡਲ ਤੇ, ਜਿਹੜਾ 12 ਮਾਡਲ ਦਾ ਟਰੈਕਟਰ ਉੱਤੇ ਨੇ। ਠੀਕ ਹੈ ਜੀ। ਸਾਰਾ ਤੇ ਲੋਨ ਦੀ ਸੁਵਿਧਾ ਹੈਗੀ ਆ ਜੀ। ਠੀਕ ਹੈ ਜੀ। ਤੇ ਕਾਗਜ਼ ਪੱਤਰਾਂ ਦੀ? ਕਾਗਜ਼ ਪੱਤਰਾਂ ਦੀ ਜ਼ਿੰਮੇਵਾਰੀ ਆ ਜੀ, ਸਾਰੇ ਪੰਜਾਬ ਨੰਬਰ ਟਰੈਕਟਰ ਹੋਣਗੇ ਜੀ। ਠੀਕ ਹੈ ਜੀ। ਤੇ ਹਰਿਆਣਾ ਨੰਬਰ ਤੇ ਐਨਓਸੀ ਕਟਵਾ ਦੇ? ਐਨਓਸੀ ਕਟਵਾ ਕੇ ਦਵਾਂਗੇ। ਠੀਕ ਹੈ ਬਾਈ। ਅਭੀ ਪਹਿਲੇ ਟਰੈਕਟਰ ਬਾਰੇ ਗੱਲਬਾਤ ਕਰਾਂਗੇ। TI 50 ਦਾ ਕਿੰਨੇ ਮਾਡਲ ਆ ਬਾਈ? ਇਹ 2004 ਮਾਡਲ ਆ ਜੀ। ਠੀਕ ਹੈ ਜੀ। ਤੇ ਟਾਇਰਾਂ ਦੀ ਗੱਲ ਕਰੀਏ ਬਾਈ? ਟਾਇਰ ਹੈਗੇ ਨੇ ਜੀ ਉਹਦੇ 80 ਤੋਂ 85 ਪੈਸੇ ਟਾਇਰ ਨੇ ਜੀ। ਠੀਕ ਹੈ ਜੀ। ਵਧੀਆ ਕੰਪਨੀ ਵਾਲਾ? ਵਧੀਆ BKT ਕੰਪਨੀ ਦੇ ਟਾਇਰ ਨੇ ਜੀ। ਠੀਕ ਹੈ ਜੀ। ਤੇ ਬਿਨਾ ਪਾਵਰ ਸਟੀਅਰਿੰਗ ਵਾਲਾ? ਬਿਨਾ ਪਾਵਰ ਸਟੀਅਰਿੰਗ ਟਰੈਕਟਰ ਆ ਜੀ। ਠੀਕ ਹੈ ਜੀ। ਤੇ ਜੇ ਰੰਗ ਪੇਂਟ ਦੀ ਗੱਲ ਕਰੀਏ? ਰੰਗ ਪੇਂਟ ਜਿੰਨਾ ਹੈਗਾ ਜੀ ਟਰੈਕਟਰ ਤੇ ਰਹਿੰਦਾ ਰੰਗ ਆ ਜੀ। ਠੀਕ ਹੈ ਜੀ। ਤੇ 4 ਮਾਡਲ ਹੋ ਗਏ ਬਾਈ? 4 ਮਾਡਲ ਹੋ ਗਏ। ਤੇ ਇੰਜਨ ਗੇਅਰ ਦਾ? ਇੰਜਨ ਗੇਅਰ ਦਾ ਓਕੇ ਆ ਜੀ। ਠੀਕ ਹੈ ਜੀ। ਤੇ ਕੀ ਡਿਮਾਂਡ ਆ ਜੀ? ਇਹਦੀ ਡਿਮਾਂਡ ਆ ਜੀ 2,65,000 ਰੁਪਈਆ ਡਿਮਾਂਡ ਆ ਜੀ। ਠੀਕ ਹੈ ਜੀ। ਠੀਕ ਹੈ ਜੀ। ਤੇ ਅੱਗੇ ਅੱਗੇ ਬਾਈ ਜੀ ਕਰ ਲਾਂਗੇ ਮੌਕੇ ਤੇ, ਤੁਸੀਂ ਚਲਾ ਕੇ ਦੇਖੋ। ਤੇ ਲੈ ਵੀ ਅੱਗੇ ਗਿਆ ਸਵਰਾਜ 744 FE 4-star ਵਾਲਾ ਰਿਵਰਸ ਪੀਡੀਓ ਤੇਲ ਬ੍ਰੇਕਾ ਪਾਵਰ ਸਟੀਅਰਿੰਗ। ਪਾਵਰ ਸਟੀਅਰਿੰਗ ਆ ਜੀ। 20 ਮਾਡਲ ਟਰੈਕਟਰ ਆ ਜੀ। ਠੀਕ ਹੈ ਜੀ। ਤਕਰੀਬਨ ਚੱਲੇ ਵੀ ਫਿਰ ਤਾਂ ਥੋੜਾ ਹੀ ਰਹਿਣਾ। ਇਹ ਚੱਲੇ ਹੀ ਟਰੈਕਟਰ ਸਾਰਾ 12-1300 ਘੰਟੇ ਚੱਲਿਆ ਹੋਇਆ ਜੀ। ਠੀਕ ਹੈ ਜੀ। ਤੇ ਰੰਗ ਪੇਂਟ ਦਾ? ਰੰਗ ਪੇਂਟ ਜਿੰਨਾ ਹੈਗਾ ਰਿਨਰ ਰੰਗ ਪੇਂਟ ਆ ਜੀ। ਠੀਕ ਹੈ ਜੀ। ਇੱਥੋਂ ਲਾ ਕੇ ਉੱਥੇ ਤੱਕ? ਉੱਥੇ ਤੱਕ ਜੀ। ਠੀਕ ਹੈ। ਡਬਲ ਡਿਸਟ੍ਰੀਬਿਊਟਰ ਆ, ਪਾਵਰ ਸਟੀਅਰਿੰਗ ਆ ਜੀ, ਰਿਵਰਸ ਪੀਟੀਓ ਆ। ਠੀਕ ਹੈ ਜੀ। ਤੇ ਕੀ ਡਿਮਾਂਡ ਕਰੀਏ ਬਾਈ ਜੀ? ਇਹਦੀ 5,70,000 ਰੁਪਏ ਡਿਮਾਂਡ ਆ ਜੀ। ਠੀਕ ਹੈ ਜੀ। ਜੇ ਸਾਡਾ ਸੜਾਵੇ ਦੀ ਗੱਲ ਕਰੀਏ? ਸਾਡਾ ਸੜਾਵੇ ਜੀ, ਇਹਦੇ 5.5 ਲੱਖ ਦਾ ਟਰੈਕਟਰ ਆਪਾਂ ਦੇ ਦਾਂਗੇ ਜੀ। ਠੀਕ ਹੈ। ਪਹਿਲੇ ਟਰੈਕਟਰ 'ਚ 20,000 ਦੀ ਛੂਟ ਕਰਦੇ? ਪਹਿਲੇ ਟਰੈਕਟਰ 'ਚ 20,000 ਦੀ ਛੂਟ ਆ ਜੀ। ਠੀਕ ਹੈ। ਪੰਜਾਬ ਨੰਬਰ ਟਰੈਕਟਰ ਆ? ਪੰਜਾਬ ਨੰਬਰ ਟਰੈਕਟਰ ਆ, ਬੰਦਣ ਹੋ ਜੂਗਾ? ਹਾਂ, ਬੰਦਣ ਹੋ ਜੂਗਾ, ਹੋ ਜੂਗਾ। ਠੀਕ ਹੈ ਜੀ। ਅੱਗੇ ਅੱਗੇ ਲੈ ਬਈ ਜੀ ਪ੍ਰੀਤ। ਪ੍ਰੀਤ 955। ਇਹ ਕਿੰਨੇ ਮਾਡਲ ਆ ਬਾਈ? ਇਹ 2017 ਮਾਡਲ ਆ ਜੀ। ਠੀਕ ਆ ਜੀ। ਤੇ ਟਾਇਰ ਟੱਪੇ ਦੀ ਗੱਲ ਕਰੀਏ? ਟਾਇਰ ਟੱਪੇ ਦੇ ਨਾਲ ਦੇ ਜੀ 70-75 ਪੈਸੇ ਟਾਇਰ ਨਾਲ ਦੇ ਨੇ ਜੀ। ਠੀਕ ਆ ਜੀ। ਨਾਲ ਦੇ ਟਾਇਰ 3 ਸਪੀਡ ਟਰੈਕਟਰ ਆ ਜੀ। ਠੀਕ ਆ ਜੀ। 3 ਸਪੀਡ ਚ ਆ ਗਿਆ? ਹਾਂ ਜੀ ਹਾਂ, 3 ਸਪੀਡ ਟਰੈਕਟਰ ਆ, ਡਬਲ ਡਿਸਟ੍ਰੀਬਿਊਟਰ ਆ ਜੀ। ਠੀਕ ਆ ਜੀ। ਪਾਵਰ ਸਟੀਅਰਿੰਗ ਆ ਜੀ? ਪਾਵਰ ਸਟੀਅਰਿੰਗ ਆ। ਠੀਕ ਆ ਜੀ। ਤੇ ਕੀ ਡਿਮਾਂਡ ਕਰੀਏ ਬਾਈ? ਇਹਦੀ 3,70,000 ਰੁਪਏ ਡਿਮਾਂਡ ਆ ਜੀ। ਠੀਕ ਆ ਜੀ। 3.5 ਲੱਖ ਦਾ ਟਰੈਕਟਰ ਦਿੱਤਾ ਜਾਊਗਾ ਜੀ ਇਹ। ਠੀਕ ਆ ਜੀ। ਇਹ ਜੋ ਵੀ 20,000 ਦੀ ਛੂਟ ਹੈ, ਇਹ ਜੋ ਵੀ ਹਾਂ ਜੀ। ਠੀਕ ਆ ਜੀ। ਲਓ ਬਈ ਅਗਲੇ ਟਰੈਕਟਰ ਬਾਰੇ ਗੱਲਬਾਤ ਕਰਾਂਗੇ। ਅਗਲਾ ਹੈਗਾ 605 ਜੀ। ਹਾਂ, 605। ਲੈ ਬਈ ਅਰਜਨ ਨੋਵੋ 605, ਦੇਖਣ ਨੂੰ ਝੋਟਾ ਹੈ ਇਹਦਾ। ਹਾਂ ਜੀ, ਝੋਟਾ ਟਰੈਕਟਰ ਆ ਜੀ। ਲੈ ਕੋੜਾ ਬੰਪਰ ਲੱਗਾ, PV11 ਪੰਜਾਬ ਨੰਬਰ ਹੈ ਜੀ। ਪੰਜਾਬ ਨੰਬਰ। ਫਸਟ ਓਨਰ ਜੀ? ਫਸਟ ਓਨਰ ਟਰੈਕਟਰ ਆ ਜੀ ਇਹ। ਠੀਕ ਆ ਜੀ। ਕਿੰਨੇ ਮਾਡਲ ਆ ਬਈ? ਇਹ 2017 ਮਾਡਲ ਆ ਜੀ। ਠੀਕ ਆ ਜੀ। ਤੇ ਖੁੱਲੇ ਪਲੇਟਫਾਰਮ ਵਾਲਾ? ਖੁੱਲੇ ਪਲੇਟਫਾਰਮ ਵਾਲਾ ਟਰੈਕਟਰ ਆ, 3 ਸਪੀਡ ਟਰੈਕਟਰ ਆ ਜੀ। ਠੀਕ ਹੈ। ਇਹ ਵੀ 3 ਸਪੀਡ ਚ ਹੈ? ਇਹ ਵੀ 3 ਸਪੀਡ ਟਰੈਕਟਰ ਆ। ਠੀਕ ਹੈ। ਮੰਨ ਕੇ ਲੋ ਟਾਪ ਟਾਪ ਕੰਡੀਸ਼ਨ ਦਾ ਟਰੈਕਟਰ ਨੇ ਆ। ਟਾਪ ਟਾਪ ਕੰਡੀਸ਼ਨਾਂ ਦੇ ਸਾਰੇ ਟਰੈਕਟਰ ਨੇ। ਠੀਕ ਹੈ। ਟਾਇਰਾਂ ਦੀ ਗੱਲ ਕਰੀਏ ਬਾਈ? ਟਾਇਰ ਇਹਦੇ ਨਾਲ ਦੇ ਜੀ 70-75 ਪੈਸੇ ਟਾਇਰ ਨਾਲ ਦੇ ਨੇ ਜੀ। ਠੀਕ ਹੈ ਯਾਰ। ਮਰਮਤ ਦਾ ਵੀ ਅਜੇ ਪੂਰਾ ਸਾਫ ਦਾ ਸੋਹਣਾ ਟਰੈਕਟਰ ਆ ਜੀ ਪੂਰਾ। ਠੀਕ ਹੈ। ਪੂਰਾ ਉੱਡ ਹੱਡ ਲੱਗਿਆ ਹੋਇਆ। ਲੈ ਬਈ ਹੁਣ ਐ ਨਾ ਕਹਿੰਦੇ ਵੀ ਡੈਕ ਤੋਂ ਬਿਨਾ ਦੇਣਾ? ਨਾ ਜੀ, ਨਾ ਡੈਕ ਡੁੱਕ, ਸਾਰਾ ਕੁਝ ਨਾਲ ਦਾ। ਠੀਕ ਹੈ ਜੀ। ਨਾਲ ਹੀ ਦੇਣਾ? ਨਾਲ ਹੀ ਦੇਣਾ ਜੀ। ਠੀਕ ਹੈ। ਕੀ ਡਿਮਾਂਡ ਕਰੀਏ ਬਾਈ ਜੀ? ਡਿਮਾਂਡ ਇਹਦੀ ਵੀ ਹੈਗੀ ਆ ਜੀ 5,63,000 ਰੁਪਏ ਡਿਮਾਂਡ ਆ ਜੀ। ਠੀਕ ਹੈ ਜੀ। 5.5 ਲੱਖ ਦਾ ਟਰੈਕਟਰ ਦੇ ਦਾਂਗੇ ਜੀ। ਠੀਕ ਹੈ ਜੀ। ਡੈਕ ਵੀ ਨਾਲ ਹੀ ਡੈਕ ਦਿੱਤਾ ਜਾਊਗਾ? ਡੈਕ ਵੀ ਬਾਈ ਕਹਿੰਦਾ ਨਾਲ ਹੀ ਦਿੱਤਾ ਜਾਊਗਾ। ਤੇ ਲੈ ਵੀ ਅੱਗੇ ਆ ਗਿਆ ਸੁਪਰ ਮੈਕਸ ਵਾਲਾ 65 EPI ਵਾਲਾ। EPI ਜੀ। ਠੀਕ ਹੈ ਜੀ। ਤੇ ਇਹ ਹੈਗਾ ਲੋਕਲ ਸੰਗਰੂਰ ਦਾ ਨੰਬਰ? ਸੰਗਰੂਰ ਨੰਬਰ ਟਰੈਕਟਰ ਆ, 2011 ਮਾਡਲ ਟਰੈਕਟਰ ਆ ਜੀ। ਠੀਕ ਹੈ ਜੀ। ਤੇ ਰੰਗ ਪੇਂਟ ਦਾ ਜੀ? ਰੰਗ ਪੇਂਟ ਜਿੰਨਾ ਰਹਿਣਾ ਰੰਗ ਪੇਂਟ ਆ ਜੀ, ਡਬਲ ਡਿਸਟ੍ਰੀਬਿਊਟਰ ਆ ਗਿਆ, ਪਾਵਰ ਸਟੀਅਰਿੰਗ ਆ ਗਿਆ ਜੀ। ਠੀਕ ਹੈ ਜੀ। ਤੇ ਸੈਂਟਰ ਗੇਅਰ ਵਾਲਾ? ਸੈਂਟਰ ਗੇਅਰ ਆ ਗਿਆ ਜੀ। ਕਈ ਛੋਟੇ ਗੇਅਰ ਚ ਵੀ ਆਇਆ ਹੁੰਦਾ? ਛੋਟੇ ਗੇਅਰ, ਹਾਂ ਜੀ ਹਾਂ। ਤੇ ਟਾਇਰ ਟੱਪੇ ਦੀ ਗੱਲ ਕਰੀਏ? ਟਾਇਰ ਹੈਗੇ ਜੀ ਇਹਦੇ 75-80 ਪੈਸੇ ਟਾਇਰ ਨੂੰ ਹੈਗੇ ਨੇ ਜੀ। 70-80 ਪੈਸੇ ਪਲੱਸ ਹੀ ਨੇ ਨਾ? ਪਲੱਸ ਹੀ ਨੇ ਹਾਰੇ ਜੀ। 16 ਦੇ ਟਾਇਰਾਂ ਦਾ? 16 ਦੇ ਟਾਇਰਾਂ ਦਾ ਜੀ। ਸੁਪਰ ਮੈਕਸ ਟਰੈਕਟਰ ਆ ਗਿਆ ਜੀ। ਠੀਕ ਹੈ ਜੀ। ਸੁਪਰ ਮੈਕਸ ਟਰੈਕਟਰ ਆ ਗਿਆ। ਠੀਕ ਹੈ ਜੀ। ਤੇ ਕੀ ਡਿਮਾਂਡ ਕਰੀਏ ਬਾਈ? ਡਿਮਾਂਡ ਹੈ ਜੀ 3,85,000 ਰੁਪਏ ਡਿਮਾਂਡ ਹੈ ਜੀ। ਠੀਕ ਹੈ। ਇਹ ਚ ਥੋੜੀ ਵੱਧ ਛੂਟ ਕਰਦੇ ਹਾਂ? 20 ਨਾ ਹੁਣ ਕਰੀਏ ਜਾਂ ਘੱਟ ਕਰਦੇ ਜਾਂ ਵੱਧ ਕਰਦੇ? ਕਿੱਥੇ ਲੱਗੇ ਸਾਡਾ ਇਹ? ਆਪਾਂ 3.5 ਲੱਖ ਦਾ ਟਰੈਕਟਰ ਦੇ ਦਾਂਗੇ ਜੀ। ਠੀਕ ਹੈ ਜੀ। ਲੈ ਵੀ ਬਾਈ ਨੂੰ ਆਖਿਆ ਜੀ ਆਪਾਂ ਥੋੜੀ ਜੀ ਵੱਧ ਉਹ ਕਰਦੀ, ਬਾਈ ਕਹਿੰਦਾ 3.5 ਲੱਖ ਰੁਪਏ ਦਾ ਟਰੈਕਟਰ ਦੇ ਦਾਂਗੇ ਜੈਸਿਆਂ ਨੂੰ। ਤੇ ਜਿਹੜੀ ਆਪਾਂ ਟੇਪ ਵਗੈਰਾ ਦੀ ਗੱਲ ਕਰੀਏ, ਇਹਦਾ ਹੁਣ ਬਾਹਰ ਸਾਰਾ ਕੁਝ ਡੈਕ ਡੁੱਕ ਦੀ ਨਾਲ ਹੀ ਦਿੱਤਾ ਜਾਊਗਾ। ਠੀਕ ਹੈ ਜੀ। ਤੇ ਟੇਪ ਸੌਂਗ ਨੂੰ? ਸੌਂਗ ਕੀ ਟੇਪ ਲਵਾਈ ਹੋਈ ਆ, ਸਾਰਾ ਕੁਝ ਸੌਂਗ ਹੀ ਲੱਗਿਆ ਹੋਇਆ ਜੀ। ਬਾਕੀ ਤੁਸੀਂ ਚੈੱਕ ਵੀ ਕਰ ਲਓ, ਡੰਡੇ ਡੁੰਡੇ ਸਾਰੇ ਸ਼ੌਂਕੇ ਲੱਗੇ ਹੋਏ ਨੇ। ਜਿਵੇਂ ਆਪਾਂ ਕਹਿੰਦੇ ਸਕਰੀਨ
डिमांड है 7,65,000 रुपया डिमांड आ बठिंडे का नंबर आ डिमांड आ जी 4,63,000 रुपया डिमांड आ13 मॉडल डिमांड है जी 4,63,000 रुपया डिमांड है जी। ठीक है जी। 4,65,000 का ट्रैक्टर दे देंगे जी। ठीक है जी। टायर टप्पे दी गल करते हैं। टायर टप्पे है ने जी 80 तो 85 पैसे टायर ने जी। ठीक है जी। 80 तो 85 पैसे टायर ने। रिमर उमर जितना है भाई सारा ओरिजिनल ओरिजिनल ट्रैक्टर है जी। ठीक है जी। जितना आएगा सारा ओरिजिनल 16 दे टायर 16 दे टायरों का ट्रैक्टर है जी। ठीक है जी। ते अगे अगे भाई जी 6,55,000 सुपर मैक्स च आ गया। ते किन्ने मॉडल है भाई ये? ये 2014 मॉडल है जी। 2014 मॉडल है का 50 नंबर ट्रैक्टर है जी।4,63,000 ਲੈ ਜਾਓ ਤੇ ਲੋਨ ਵੀ ਵਗੈਰਾ ਵੀ ਬਾਈ ਕਹਿੰਦਾ ਕਰਵਾ ਕੇ ਦੇਣਗੇ ਇਹਤੇ ਵੀ ਲੋਨ ਹੋ ਜੂਗਾ ਇਹਤੇ ਵੀ ਲੋਨ ਹੋ ਜੂਗਾ ਜੀ ਠੀਕ ਆ ਬਾਈ ਜੀ ਤੇ ਕਹੇ ਬਾਈ ਸੁਰਾਜ 855 3 ਸਟਾਰ ਤੋਂ ਇਹ ਕਿੰਨੇ ਮਾਡਲ ਆ ਬਾਈ ਇਹ 2008 ਮਾਡਲ ਆ ਜੀ ਲੈ ਬਾਈ 2008 ਮਾਡਲ ਆਗਾ ਪੰਜਾਬ ਨੰਬਰ ਟਰੈਕਟਰ ਟਰੈਕਟਰ ਦੀ ਕੰਡੀਸ਼ਨ ਪੂਰੀ ਸਾਫ ਹੋਈ ਹੈ ਜਣਾ ਜਿੰਨਾ ਹੈਗਾ ਬਾਈ ਸਾਰਾ ਓਰੀਜਨਲ ਆਗਾ ਤੇ ਬਿਨਾ ਪਾਵਰ ਸਟੀਅਰਿੰਗ ਦਾ ਹਾਂ ਇਹ ਬਿਨਾ ਪਾਵਰ ਤੋਂ ਜੀ ਤੇਲ ਬ੍ਰੇਕਾਂ ਦਾ ਟਰੈਕਟਰ ਆ ਠੀਕ ਹੈ ਤੇਲ ਬ੍ਰੇਕਾਂ ਠੀਕ ਆ ਬਾਈ ਜੀ ਤੇਲ ਬ੍ਰੇਕਾਂ ਰਿੰਬਰ ਰੰਬਾ ਦਾ ਵੀ ਜਿੰਨਾ ਹੈਗਾ ਸਾਰਾ ਓਰੀਜਨਲ ਆ ਬਾਈ ਟਰੈਕਟਰ ਤੇ ਟਾਇਰਾਂ ਦੀ ਗੱਲ ਕਰੀਏ ਟਾਇਰ ਹੈਗੇ ਨੇ ਜੀ 70 ਤੋਂ 75 ਪੈਸੇ ਟਾਇਰ ਨੇ ਜੀ ਇਹਦੇ ਫਰੰਟ ਹੈਗੇ ਨੇ 80-85 80-85 ਪੈਸੇ ਠੀਕ ਹੈ PV0 4 ਨੰਬਰ ਹੈਗਾ ਤੇ ਕੀ ਡਿਮਾਂਡ ਕਰੀਏ ਬਾਈ ਜੀ ਇਹਦੀ ਡਿਮਾਂਡ ਆ ਜੀ 3,57,000 ਰੁਪਏ ਡਿਮਾਂਡ ਆ ਜੀ 3.5 ਲੱਖ ਦਾ ਟਰੈਕਟਰ ਦੇ ਦਾਂਗੇ ਜੀ ਠੀਕ ਆ ਬਾਈ ਜੀ ਤੇ ਇਹ ਤੋਂ ਬਿਨਾਂ ਹੋਰ ਟਰੈਕਟਰ ਵੀ ਅਵੇਲੇਬਲ ਹਾਂ ਜੀ ਹਾਂ ਜੇ ਕਿਸੇ ਟਰੈਕਟਰ ਦੀ ਹੋਰ ਵੀ ਆਪਾਂ ਨੂੰ ਜ਼ਰੂਰਤ ਹੁੰਦੀ ਹੈ ਤਾਂ ਆਪਣੇ ਫੋਨ ਨੰਬਰ ਤੇ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 7094970255 ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਠੀਕ ਆ ਬਾਈ ਜੀ ਠੀਕ ਆ ਬਾਈ ਜੀ ਧੰਨਵਾਦ ਠੀਕ ਆ ਬਾਈ ਜੀ ਲਓ ਬਾਈ ਜੀ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਣਾ ਮਿਲਦੇ ਕਿਸੇ ਨਵੀਂ ਵੀਡੀਓ ਤਦ ਤੱਕ ਲਈ ਧੰਨਵਾਦ।